ਮੈਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸੀ ਵੀਰ ਬਾਬਾ ਜੀ। ਅਸੀਂ ਫਿਰ ਇੱਕ ਵਾਰੀ ਦੁਬਾਰਾ ਚਕਵਾਲ ਦੇ ਵਿੱਚ ਕੱਲਰ ਕਹਾਰ ਦੇ ਵਿੱਚ ਪਹੁੰਚ ਗਏ ਹਾਂ। ਕੱਲਰ ਕਹਾਰ ਦੇ ਵਿੱਚ ਅਸੀਂ ਸ੍ਰੀ ਕਟਾਸਟਾਸ ਟੈਂਪਲ ਦੇ ਵਿੱਚ ਇਸ ਵੇਲੇ ਪਹੁੰਚੇ ਹੋਏ ਹਾਂ, ਜਿਹੜੀ ਕਿ ਹਵੇਲੀ ਹੈ, ਹਵੇਲੀ ਜਨਰਲ ਹਰੀ ਸਿੰਘ ਨਲਵਾ ਨਾਲ ਰਿਲੇਟਿਡ ਹੈ। ਜਦੋਂ ਉਹਨਾਂ ਨੂੰ ਸਾਲਟ ਮਾਈਨਸ ਦਾ ਚਾਰਜ ਦਿੱਤਾ ਗਿਆ ਕਿ ਰੈਵਨਿਊ, ਇਹ ਵਾਹਿਦ ਜਗ੍ਹਾ ਹੈ। ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਦੱਸਦਾ ਕਿ ਮਹਾਰਾਜਾ ਰਣਜੀਤ ਸਿੰਘ ਔਰ ਜਨਰਲ ਹਰੀ ਸਿੰਘ ਨਲਵਾ ਦੇ ਦਰਮਿਆਨ ਕਦੀ ਵੀ ਕੋਈ ਆਲਫਾਸ ਕਦੀ ਕੋਈ ਗੱਲਬਾਤ ਨਹੀਂ ਹੋਈ, ਲੇਕਿਨ ਇਸ ਜਗ੍ਹਾ ਦੇ ਰੈਵਨਿਊ ਨੂੰ ਲੈ ਕੇ ਬਹੁਤ ਜ਼ਿਆਦਾ ਸਾਰੀਆਂ ਗਲਤ ਫਹਿਮੀਆਂ ਪਾਈਆਂ ਗਈਆਂ ਸਨ। ਠੀਕ ਹੈ ਜੀ, ਇੱਕ ਵਾਹਿਦ ਇਹਦੇ 'ਤੇ ਬਹਿਸ ਹੋਈ ਹੈ। ਜਿੱਦਾਂ ਆਪਾਂ ਕਹਿੰਦੇ ਕਿ ਸਾਰੀ ਲਾਈਫ ਦੇ ਵਿੱਚ ਕੋਈ ਨਾ ਕੋਈ ਗੱਲ ਨਿਕਲਦੀ ਹੈ, ਅਤੇ ਗੱਲ ਇੱਕ ਹੀ ਨਿਕਲੀ ਸੀ, ਔਰ ਉਹ ਵੀ ਇਸ ਜਗ੍ਹਾ ਦੀ ਵਜ੍ਹਾ ਨਾਲ, ਕਿਉਂਕਿ ਸਾਲਟ ਮਾਈਨਸ ਦਾ ਜਿਹੜਾ ਰੈਵਨਿਊ ਸੀ ਉਹਦਾ ਚਾਰਜ ਜਿਹੜਾ ਸੀ ਉਹ ਦਿੱਤਾ ਗਿਆ ਸੀ, ਕਿਉਂਕਿ ਨੌਰਥ ਵੈਸਟ ਦਾ ਜਿਹੜਾ ਏਰੀਆ ਤੁਹਾਨੂੰ ਪਤਾ ਹੀ ਹੈ। ਮੈਂ ਬਹੁਤ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸ ਚੁੱਕਿਆ ਵਾਂ ਕਿ ਜਨਰਲ ਹਰੀ ਸਿੰਘ ਨਲਵਾ ਦੇ ਕੋਲ ਸੀ। ਸੋ ਇਸ ਵਾਸਤੇ ਇਹ ਪਲੇਸ ਜਿਹੜੀ ਹੈ, ਦਿਸ ਇਜ਼ ਅ ਮੋਸਟ ਇੰਪੋਰਟੈਂਟ ਫੋਰ ਅ ਖਾਲਸਾ ਪੰਥ। ਜੀ ਹਾਂਜੀ ਜੀ, ਅਸੀਂ ਮੇਨ ਹਵੇਲੀ ਦੇ ਉਸ ਗੇਟ ਦੇ ਉੱਤੇ ਪਹੁੰਚ ਗਏ ਹਾਂ, ਜਿਹਨੂੰ ਕਿ ਕਾਫੀ ਹਾਈਲਾਈਟ ਕਰਕੇ ਓਪਨ ਵੀ ਕਰਵਾਇਆ ਗਿਆ, ਲੇਕਿਨ ਮਿਊਜ਼ੀਅਮ ਜਿਹੜਾ ਬਣਨਾ ਸੀ ਉਹ ਹਲੇ ਤੱਕ ਤਾਖੀਰ ਦਾ ਸ਼ਿਕਾਰ ਹੈ। ਠੀਕ ਹੈ ਜੀ, ਕੋਸ਼ਿਸ਼ ਆਪਣੀ ਪੂਰੀ ਹੈ ਕਿ ਆਪਾਂ ਜਿਹੜਾ ਜਿਹੜੀ ਹਵੇਲੀ ਹੈ, ਇਹਨੂੰ ਜੋ ਮਿਊਜ਼ੀਅਮ ਡਿਕਲੇਅਰ ਕੀਤਾ ਗਿਆ ਸੀ ਖਾਲਸਾ ਪੰਥ ਦਾ, ਉਹਦੇ ਮੁਤਲਕ ਅੱਗੇ ਲੈ ਕੇ ਚੱਲੀਏ। ਆਪਾਂ ਇਸ ਟੋਪਿਕ ਦੇ ਉੱਤੇ ਗੱਲ ਵੀ ਕਰਾਂਗੇ, ਕਿਉਂਕਿ ਕਹਿ ਲਓ ਕਿ ਇੱਕ ਹੋਲੀ ਸ਼ਰਾਈਨਸ ਦੇ ਅੰਦਰ ਆਪਾਂ ਸਾਰੇ ਜਿਹੜੇ ਕੰਬਾਈਨ ਆਰਕੀਟੈਕਚਰ ਹੈ ਉਹਦੇ ਮੁਤਲਕ ਜਿੱਦਾਂ ਗੱਲ ਕਰਦੇ ਹਾਂ, ਉਸੇ ਤਰ੍ਹਾਂ ਹੀ ਇੱਕ ਯੋਧੇ ਜਿਹੜੇ ਪੰਜਾਬੀ ਫਾਈਟਰ ਸੀਗੇ, ਪਲੀਜ਼, ਅਲਮਾਰੀਆਂ ਵੀ ਬਕਾਇਦਾ ਤੌਰ ਦੇ ਉੱਤੇ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ, ਸਾਰਾ ਕੁਛ ਕੀਤਾ ਗਿਆ, ਗਲਾਸ ਵਗੈਰਾ ਲਾ ਕੇ ਬੰਦ ਵੀ ਕੀਤਾ ਗਿਆ। ਠੀਕ ਹੈ ਜੀ, ਲੇਕਿਨ ਹਲੇ ਤੱਕ ਅੱਗੇ ਫਰਦਰ ਜਿਹੜਾ ਇਹਦੇ 'ਚ ਕੰਮ ਨਹੀਂ ਹੋ ਪਾਇਆ ਹਵੇਲੀ ਜਨਰਲ ਹਰੀ ਸਿੰਘ ਨਲਵਾ ਦੇ ਅੰਦਰ। ਤਾਂ ਆਪਾਂ ਪੂਰੀ ਟਰਾਈ ਕਰ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਇਹਨੂੰ ਪੂਰੇ ਨੂੰ ਆਬਾਦ ਕੀਤਾ ਜਾਵੇ। ਇਹ ਰਿਸੈਪਸ਼ਨ ਹੈ, ਮੇਨ ਚੈਂਬਰ ਹੈ ਜਿਹੜਾ ਉਹਦੇ ਅੰਦਰ ਹੈ। ਠੀਕ ਹੈ ਜੀ, ਅਸੀਂ ਤੁਹਾਨੂੰ ਮੇਨ ਚੈਂਬਰ ਦੇ ਅੰਦਰ ਲੈ ਕੇ ਚੱਲ ਰਹੇ ਹਾਂ, ਕਿਉਂਕਿ ਇਹ ਪਲੇਸਿਸ ਕੁਛ ਐਸੀਆਂ ਨੇ ਕਿ ਜਿਹੜੀਆਂ ਖਰਾਬ ਹੋਣ ਲੱਗ ਪਈਆਂ ਦੁਬਾਰਾ ਰੀਸਟੋਰ ਕਰਨ ਤੋਂ ਬਾਅਦ ਵੀ। ਤਾਂ ਸੋ ਗੌਰਮੈਂਟ ਨੇ ਇਹਨਾਂ ਨੂੰ ਬਕਾਇਦਾ ਤੌਰ 'ਤੇ ਲੋਕ ਲਾਇਆ ਹੁੰਦਾ ਇਸ ਵਾਸਤੇ ਕਿ ਲੋਕ ਖਰਾਬ ਨਾ ਕਰਨ ਚੀਜ਼ਾਂ ਨੂੰ, ਤਾਂ ਕਿ ਜਦੋਂ ਤੱਕ ਮੁਕੰਮਲ ਬਾਉਂਡਰੀ ਮੁਕੰਮਲ ਉਹ ਸਾਰਾ ਨਾ ਹੋ ਜਾਵੇ। ਠੀਕ ਹੈ ਜੀ, ਇਹ ਇੱਕ ਸਤਗ੍ਰਾਹ ਟੈਂਪਲ ਨੂੰ ਜਾਂਦਾ ਵਾਲਾ ਰਾਹ ਵੀ ਹੈ, ਫਿਰ ਉਸ ਤੋਂ ਬਾਅਦ ਇਹ ਜਿਹੜਾ ਦੀਵਾਨ ਹੈ ਮੇਨ, ਇਹ ਉਹੀ ਨੇ ਰੂਮਸ ਨੇ ਜਿਹੜੇ ਇੱਥੋਂ ਲੱਗਦਾ ਕਿ ਜਿਹੜਾ ਮੇਨ ਮਾਸਟਰ ਚੈਂਬਰ ਹੈ ਉਹ ਇਹਦੇ ਅੰਦਰ ਹੋਏਗਾ, ਕਿਉਂਕਿ ਵੱਡਾ ਗੇਟ ਇੱਧਰ ਹੀ ਲੱਗਿਆ ਹੋਇਆ, ਨਾਲ ਦੋਵੇਂ ਪਾਸੇ ਦਰਸ਼ਨੀ ਰਿਓੜੀਆਂ ਵੀ ਬਣੀਆਂ ਹੋਈਆਂ ਨੇ, ਔਰ ਰੂਮਸ ਬਣੇ ਹੋਏ ਨੇ ਛੋਟੇ ਛੋਟੇ, ਜਿੱਦਾਂ ਕਿ ਰਸੋਈ ਘਰ ਕਹਿ ਲਓ ਤੁਸੀਂ, ਸਟੋਰ ਰੂਮਸ ਕਹਿ ਲਓ, ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ। ਲੇਕਿਨ ਦੋ ਚੀਜ਼ਾਂ ਦੀਆਂ ਬਹੁਤ ਮਜ਼ੇਦਾਰ ਨੇ ਜਿਹੜੀਆਂ ਕਿ ਮੈਨੂੰ ਬਹੁਤ ਅਟਰੈਕ ਕਰਦੀਆਂ ਨੇ। ਪੋਲਿਸੀ ਜਿਹੜੀ ਹੈ, ਵਾਰ ਪੋਲਿਸੀ ਜਿਹੜੀ ਹੈ, ਓਕੇ ਹਾਂ ਹੈਗੇ ਨੇ, ਵਾਰ ਪੋਲਿਸੀ ਜਿਹੜੀ ਹੈ ਉਹ ਗੁੰਬਦ ਜਿਹੜੇ ਨੇ ਮੈਂ ਤੁਹਾਨੂੰ ਦਿਖਾਉਣਾ ਉੱਤੇ ਚੜ੍ਹ ਕੇ। ਠੀਕ ਹੈ ਜੀ, ਉੱਤੇ ਜਾ ਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜੇ ਗੁੰਬਦ ਨੇ ਇਹਦੇ, ਸੋਰੀ ਮਿਨਾਰੇ ਨੇ, ਮਿਨਾਰਾਂ ਦੇ ਅੰਦਰ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਡਿਫੈਂਸ ਪੋਲਿਸੀ ਜਿਹੜੀ ਹੈ ਉਹਦੇ ਮੁਤਲਕ ਮੈਂ ਕਾਫੀ ਡਿਟੇਲ ਨਾਲ ਤੁਹਾਨੂੰ ਪਹਿਲੇ ਵੀ ਦੱਸਿਆ। ਆਓ ਜੀ ਜ਼ਰਾ ਇੱਥੇ, ਓਕੇ ਠੀਕ ਹੈ ਜੀ, ਇਹ ਉਹ ਗੁੰਬਦ ਹੈ ਜਾਂ ਮੀਨਾਰ ਹੈ ਜਿਹਦੀ ਗੱਲ ਕਰ ਰਹੇ ਸੀ ਆਪਾਂ, ਇਹ ਦਿਖਾਓ ਜ਼ਰਾ ਜ਼ਮੀਨ ਤੋਂ ਕਿੰਨਾ ਉੱਚਾ ਚੁੱਕ ਕੇ ਬਣਾਇਆ ਗਿਆ। ਠੀਕ ਹੈ ਜੀ, ਔਰ ਇਹਦੇ ਮੁਤਲਕ ਇਹਦੇ ਵਿੱਚ ਬਹੁਤ ਜ਼ਿਆਦਾ ਸਾਰਾ ਕੁਛ ਐਸਾ ਕੀਤਾ ਗਿਆ ਹੈ ਜਿਹੜਾ ਕਿ ਬਹੁਤ ਘੱਟ ਜਗ੍ਹਾ 'ਤੇ, ਲਾਹੌਰ ਫੋਰਟ ਦੀ ਵਾਲ ਦੇ ਵਿੱਚ ਕ੍ਰੋਸ ਫਾਇਰਿੰਗ ਵਾਸਤੇ ਜਗ੍ਹਾ ਬਣਾਈ ਗਈ ਹੈ ਜਿਹੜੀ ਕਿ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ।
ਕ੍ਰੋਸ ਫਾਇਰਿੰਗ ਯਾਨੀ ਕਿ ਵਾਰ ਸਟ੍ਰੈਟਜੀ ਜਿਹੜੀ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਹੀ ਸੋਹਣਾ ਕੰਮ ਕੀਤਾ ਗਿਆ। ਤਾਂ ਹੀ ਤਾਂ ਜਿੰਨੀ ਦੇਰ ਤੱਕ ਪੰਜਾਬੀ ਸਬੂਤ ਜ਼ਿੰਦਾ ਰਿਹਾ ਕੋਈ ਪੰਜਾਬ ਦੇ ਵੱਲ ਇਨਵੇਡਰ ਦੁਬਾਰਾ ਆਇਆ ਨਹੀਂ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਸ੍ਰੀ ਕਟਾਸਟਾਸ ਟੈਂਪਲ ਔਰ ਅਸੀਂ ਦੇਖ ਰਹੇ ਹਾਂ ਹਵੇਲੀ ਜਨਰਲ ਹਰੀ ਸਿੰਘ ਨਲਵਾ। ਪਿੱਛੇ ਸਤਗੁਰਾਂ ਦੇ ਟੈਂਪਲ ਨੇ, ਠੀਕ ਹੈ ਜੀ। ਰਾਮਾ ਚੰਦਰਾ ਮੰਦਰ, ਲੇਕਿਨ ਮੈਂ ਇਹਨੂੰ ਗੁਰਦੁਆਰਾ ਪਹਿਲੀ ਪਾਤਸ਼ਾਹੀ ਵੀ ਨਾਲ ਕਹਿੰਦਾ ਵਾਂ, ਕਿਉਂਕਿ ਟਾਈਮ ਦੇ ਨਾਲ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਡਿਫਰੈਂਟ ਰਿਲੀਜੀਅਨਸ ਵਾਸਤੇ ਵੀ ਯੂਜ਼ ਹੁੰਦੀਆਂ ਰਹੀਆਂ ਨੇ। ਕਾਫੀ ਜਗ੍ਹਾ ਐਸੇ ਗੁਰਦੁਆਰੇ ਵੀ ਨੇ ਜਿਹੜੇ ਟੈਂਪਲ ਦੇ ਤੌਰ 'ਤੇ ਯੂਜ਼ ਵੀ ਹੋਏ ਨੇ। ਇਹ ਮੇਨ ਚੈਂਬਰ ਹੈ ਜੀ ਹਵੇਲੀ ਜਨਰਲ ਹਰੀ ਸਿੰਘ ਨਲਵਾ ਦੇ, ਇਹਦੇ ਨਾਲ ਦੋ ਲੰਬੇ ਗੁੰਬਦ ਵੀ ਨੇ, ਮੀਨਾਰ ਗੁੰਬਦ ਕਹੀ ਜਾਂਦਾ ਮੈਂ। ਸੋ ਬਾਬਾ ਜੀ ਇੱਕ ਵਾਰੀ ਕੁਕਲੀ ਤੋਂ ਕਰਕੇ ਸਾਰੇ ਬਿਲਡਿੰਗਾਂ ਦੀ ਨਿਸ਼ਾਨਦੇਹੀ ਕਰ ਦੋਗੇ ਜੀ? ਪਲੀਜ਼ ਇਹ ਰਾਮਾਚੰਦਰਾ ਮੰਦਰ ਹੈ, ਇਹ ਰਾਮਾਚੰਦਰਾ ਮੰਦਰ ਹੈ ਜੀ। ਲੇਕਿਨ ਇਹਦੇ ਗੁੰਬਦ ਅਗਰ ਤੁਸੀਂ ਦੇਖੋ ਤਾਂ ਕਿਸੇ ਤਰ੍ਹਾਂ ਵੀ ਮੰਦਰ ਦੀ ਤਰ੍ਹਾਂ ਨਹੀਂ ਹੈ, ਕਿਉਂਕਿ ਟਾਈਮ ਬਾਈ ਟਾਈਮ ਇਹ ਬਿਲਡਿੰਗਾਂ ਜਿਹੜੀਆਂ ਨੇ ਦੂਸਰੇ ਰਿਲੀਜਨ ਵਾਲੇ ਵੀ ਯੂਜ਼ ਕਰਦੇ ਰਹੇ। ਜਿਸ ਤਰ੍ਹਾਂ ਐਂਸ਼ੀਅੰਟ ਟਾਈਮ ਦੇ ਉੱਤੇ ਪਹਿਲੇ ਇੱਥੇ ਜੈਨਿਜ਼ਮ ਸੀ ਜੀ, ਫਿਰ ਉਸ ਤੋਂ ਬਾਅਦ ਬੁੱਧਿਜ਼ਮ ਆਇਆ। ਆਹ ਬੁੱਧਿਜ਼ਮ ਦਾ ਸਟੂਪਾ ਥੱਲੇ, ਕਿੱਥੇ ਜੀ? ਆਹ ਬੁੱਧਿਜ਼ਮ ਦਾ, ਹਾਂਜੀ ਇਹ ਬੁੱਧਿਜ਼ਮ ਦਾ ਸਟੂਪਾ ਨਜ਼ਰ ਆ ਰਿਹਾ। ਠੀਕ ਹੈ ਜੀ, ਔਰ ਇਹ ਸਤਗੜਾ ਦੇ ਟੈਂਪਲ ਨੇ, ਸਤਗੜਾ ਟੈਂਪਲਸ ਨੇ ਜਿਹੜੇ ਕਿ ਫਾਈਵ ਪਾਂਡਵਾਸ ਨੇ ਜਿਹੜਾ ਬਣਾਏ ਸੀ। ਇਹ ਉਹ ਐਂਸ਼ੀਅੰਟ ਟੈਂਪਲ ਨੇ ਜਿਹੜੇ ਪੰਜ ਪਾਂਡਵਾ ਭਰਾਵਾਂ ਨੇ ਜਿਹੜਾ ਸੀ ਉਹ ਬਣਾਏ ਸਨ। ਠੀਕ ਹੈ ਜੀ, ਔਰ ਇਹ ਜਿਹਦੇ 'ਤੇ ਖਲੋਤੇ ਹੋਏ ਛੱਤ ਦੇ ਉੱਤੇ ਇਹ ਹਵੇਲੀ ਜਨਰਲ ਹਰੀ ਸਿੰਘ ਨਲਵਾ ਹੈ ਜੀ। ਠੀਕ ਹੈ ਜੀ, ਔਰ ਥੱਲੇ ਉਹ ਸਾਰੇ ਜਿੰਨੇ ਵੀ ਆ ਉਹ ਸ਼ਿਵਾਲੇ ਆ, ਫਿਰ ਉਸ ਤੋਂ ਬਾਅਦ ਕੇਵਸ ਜਿਹੜੀਆਂ ਨੇ ਉਹ ਦੁਬਾਰਾ ਐਕਸਕੀਵੇਟ ਕੀਤੀਆਂ ਗਈਆਂ ਨੇ। ਟ੍ਰੀ ਦੇ ਪਿੱਛੇ ਤੁਹਾਨੂੰ ਨਜ਼ਰ ਆਉਣਗੀਆਂ ਸ਼ਾਇਦ, ਉਹ ਨਜ਼ਰ ਆ ਰਹੀਆਂ ਨੇ ਜੀ ਕੇਵਸ ਪਿੱਛੇ, ਉਹ ਕੇਵਸ ਦੁਬਾਰਾ ਖੋਦੀਆਂ ਵੀ ਗਈਆਂ ਨੇ। ਹਾਂਜੀ ਜੀ, ਜਿੱਥੇ ਤਪੱਸਿਆ ਕੀਤੀ ਜਾਂਦੀ ਸੀ, ਔਰ ਚਾਰ ਚੌਕੀਆਂ ਆਲੇ ਦੁਆਲੇ। ਬਾਬਾ ਜੀ ਬੈਲਟ ਕਿੰਨੀ ਖੂਬਸੂਰਤ ਹੈ! ਬਿਲਕੁਲ ਜੀ, ਇਹ 15-20 ਮਿੰਟ ਦੀ ਜਿਹੜੀ ਡਰਾਈਵ ਸੀ, ਹਾਂਜੀ, ਇੰਨੀ ਨਿਹਾਇਤ ਖੂਬਸੂਰਤ ਸੀ। ਮੈਨੂੰ ਤਾਂ ਇਹ ਚੀਜ਼ ਬਹੁਤ ਵਧੀਆ ਲੱਗ ਰਹੀ ਹੈ ਕਿ ਜੀ ਜੀ ਕਿੱਦਾਂ ਨੇਚਰ ਹਾਲੇ ਵੀ ਮੇਨਟੇਨਡ ਇਸ ਬੈਲਟ 'ਚ। ਕਲਰ ਕਾਰ ਦੀ ਬੈਲਟ ਨੂੰ ਕਹਿ ਸਕਦੇ ਜੀ? ਇਟਸ ਕਾਲਡ ਸਾਲਟ ਰੇਂਜ, ਸਾਲਟ ਰੇਂਜ, ਇਹ ਸਾਲਟ ਰੇਂਜ ਹੈ ਜੀ ਸਾਰੀ ਜੀ। ਠੀਕ ਹੈ ਜੀ, ਔਰ ਇਹ ਦੇਖ ਲਓ ਜੀ, ਇਹ ਐਂਸ਼ੀਅੰਟ ਹੈ। ਪਹਿਲੇ ਇੱਥੇ ਜੈਨਿਜ਼ਮ ਦਾ ਸੀਗਾ ਟੈਂਪਲ, ਫਿਰ ਉਸ ਤੋਂ ਬਾਅਦ ਇੱਥੇ ਬੁੱਧਿਜ਼ਮ ਦਾ ਸਟੂਪਾ ਬਣਿਆ ਜੀ, ਫਿਰ ਬੁੱਧਿਜ਼ਮ ਦੇ ਸਟੂਪੇ ਤੋਂ ਬਾਅਦ ਇੱਕ ਜਗ੍ਹਾ ਕਬਜ਼ੇ ਦੇ 'ਚ ਆ ਗਈ ਹਿੰਦੂ ਸ਼ਾਹੀ ਦੇ, ਫਿਰ ਹਿੰਦੂ ਟੈਂਪਲਸ ਬਣ ਗਏ, ਫਿਰ ਹਿੰਦੂ ਸ਼ਾਹੀ ਖਤਮ ਹੋਇਆ ਤਾਂ ਮੁਸਲਿਮ ਪੀਰੀਅਡ ਆ ਗਿਆ, ਇਹ ਜਗ੍ਹਾ ਫਿਰ ਉਜੜ ਗਈ ਬਿਲਕੁਲ। ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਹੈ ਸਿੱਖੀਜ਼ਮ ਦੇ ਹਵਾਲੇ ਆਈ, ਉਹਦੇ ਵਿੱਚ ਇਹ ਬਿਲਡਿੰਗਾਂ ਜਿਹੜੀਆਂ ਨੇ ਡੈਫੀਨੇਟਲੀ ਜਿਹੜਾ ਰਿਲੀਜਨ ਹੁੰਦਾ ਉਹ ਉਹਨੂੰ ਉਸ ਤਰੀਕੇ ਨਾਲ ਯੂਜ਼ ਕਰਦਾ। ਠੀਕ ਹੈ ਜੀ, ਜਿਹੜੀ ਬਿਲਡਿੰਗ ਦੇ ਉੱਪਰ ਆਪਾਂ ਖੜੇ ਹਾਂ ਹੁਣ, ਇਹ ਬਿਲਡਿੰਗ ਕੀ ਹੈ? ਇਹ ਜੀ ਹਵੇਲੀ ਜਨਰਲ ਹਰੀ ਸਿੰਘ ਨਲਵਾ ਹੈ, ਜਿੱਥੇ ਰੈਵਨਿਊ ਜਿਹੜਾ ਸੀ ਸਾਲਟ ਦਾ, ਸਾਲਟ ਮਾਈਨਸ ਦਾ ਕੈਲਕੂਲੇਟ ਕੀਤਾ ਜਾਂਦਾ ਸੀ, ਇਹ ਉਹ ਜਗ੍ਹਾ ਹੈ ਜੀ। ਠੀਕ ਹੈ ਜੀ, ਇੱਥੋਂ ਫਿਰ ਉਹ ਆਪਣਾ ਪਹਾੜ ਕਿੰਨੀ ਕੁ ਦੂਰ ਰਹੇ ਨੇ, ਮਤਲਬ ਕੀ ਇਹ ਉਹਨਾਂ ਦਾ ਇੱਕ ਸਟਾਪ ਕਿਹਾ ਜਾ ਸਕਦਾ ਵੀ ਨੇੜੇ ਪਹਾੜ? ਨਹੀਂ, ਇਹ ਸੈਂਟਰ ਏਰੀਆ ਹੈ ਜੀ ਨੌਰਥ ਵੈਸਟ ਨੂੰ, ਜਿਹੜੇ ਇਨਵੇਡਰਸ ਆਉਂਦੇ ਸੀ ਸਾਲਟ ਮਾਈਨਸ 'ਤੇ ਆ ਕੇ ਕਬਜ਼ਾ ਨਾ ਕੋਈ ਕਰ ਲਏ, ਰੈਵਨਿਊ ਨਾ ਲੈ ਜਾਵੇ ਲੋਕਾਂ ਕੋਲੋਂ ਖੋਹ ਕੇ, ਤਾਂ ਸੋ ਇਹ ਜਗ੍ਹਾ ਜਿਹੜੀ ਸੀ ਇਸ ਵਾਸਤੇ ਜਿਹੜੀ ਹੈ ਉਹ ਕੀਤੀ ਗਈ ਸੀ। ਉਹਨੂੰ ਸਤਗੜਾ ਕਹਿੰਦੇ, ਉੱਥੇ 7 ਮੰਦਿਰ ਹੋਣਗੇ ਜੀ? ਫਿਲਹਾਲ ਤਾਂ ਉੱਥੇ ਜਿਹੜੇ ਟੈਂਪਲ ਨੇ ਉਹਨਾਂ ਦੀ ਤਾਦਾਦ 'ਤੇ 5 ਦਿਸਦੀ ਸੀ ਪਹਿਲੇ, ਅਤੇ ਹੁਣ ਸਤਗੜਾ ਦਾ ਮਤਲਬ ਖਾਲੀ 7 ਮੈਨੂੰ ਵੀ ਇਹੀ ਲੱਗਦਾ ਸੀ, ਲੇਕਿਨ ਇਹਦਾ ਅੰਮ੍ਰਿਤ ਕੁੰਡ ਦੇ ਮੁਤਲਕ ਕਿਹਾ ਜਾਂਦਾ ਸ਼ਿਵ ਜੀ ਦੇ ਅਥਰੂ ਜਿਹੜੇ ਨੇ ਉਹ ਡਿੱਗੇ ਦੋ, ਜਦੋਂ ਪਾਰਵਤੀ ਦੀ ਮੌਤ ਹੋ ਗਈ ਤੇ ਉਹਨਾਂ ਤੋਂ ਵਿਛੜਨ ਤੇ ਉਹਨਾਂ ਦੀਆਂ ਅੱਖਾਂ 'ਚ ਦੋ ਅਥਰੂ ਡਿੱਗੇ, ਇੱਕ ਪੁਸ਼ਕਰ ਦੇ ਵਿੱਚ ਡਿੱਗਿਆ ਔਰ ਇੱਕ ਜਿਹੜਾ ਡਿੱਗਿਆ ਇੱਥੇ
ਠੀਕ ਹੈ ਜੀ। ਇਹਦੇ ਮੁਤਲਕ ਇੱਕ ਮਿਥੋਲੋਜੀ ਹੈ ਇਸ ਜਗ੍ਹਾ ਦੇ ਮੁਤਲਕ, ਇਸ ਕਰਕੇ ਮਤਲਬ ਇਹ ਫਿਰ ਤਾਂ ਇਹ ਹਿੰਦੂ ਇਤਿਹਾਸ ਦੇ ਵਿੱਚ ਬੜੀ ਇੰਪੋਰਟੈਂਟ ਬਹੁਤ। ਔਰ ਦੂਸਰਾ ਮਹਾਂਭਾਰਤਾ ਕਥਾ ਜਿਹੜੀ ਹੈ, ਮਹਾਂਭਾਰਤਾ ਯੁੱਧ ਜਿਹੜਾ ਹੈ ਮਹਾਂਭਾਰਤ, ਉਹ ਆਪਾਂ ਬਚਪਨ 'ਚ ਦੇਖਦੇ ਸੀ ਸਟੋਰੀ, ਉਹ ਸਾਰੀ ਜਿਹੜੀ ਹੈ ਇੱਥੇ ਬੈਠ ਕੇ ਲਿਖੀ ਗਈ ਹੈ। ਅੱਛਾ, ਮਹਾਂਭਾਰਤਾ ਯੁੱਧ ਜਿਹੜਾ ਹੈ ਉਹਦੀ ਸ਼ੁਰੂਆਤ ਵੀ ਇਸੇ ਜਗ੍ਹਾ ਤੋਂ ਹੈ, ਔਰ ਇਹਦੇ ਲਾਗੇ ਹੀ ਪਾਰਵਤੀ ਜੀ ਦਾ ਕਹਿ ਲਵੋ ਤੁਸੀਂ, ਉਹ ਮਹਿਲ ਵੀ ਸੀਗਾ, ਆਪਾਂ ਉਹ ਵੀ ਤੁਹਾਨੂੰ ਗੱਲ ਕਰਦੇ ਹਾਂ ਉਹਦੇ ਮੁਤਲਕ ਜੀ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਜੀ ਕਟਾਸਰਾ ਟੈਂਪਲਸ, ਔਰ ਆਪਾਂ ਚੱਲਦੇ ਹਾਂ, ਤੁਹਾਨੂੰ ਫਿਰ ਦਿਖਾਉਂਦੇ ਹਾਂ ਕਟਾਸਰਾ ਟੈਂਪਲ ਦੇ ਵਿੱਚ। ਅਸੀਂ ਤੁਹਾਨੂੰ ਇਸ ਵੇਲੇ ਚੈਂਬਰ ਦਿਖਾ ਰਹੇ ਹਾਂ ਜਨਰਲ ਹਰੀ ਸਿੰਘ ਨਲਵਾ ਦਾ, ਔਰ ਰੱਬ ਰੱਖਾ ਜੀ ਫਿਰ ਹਾਜ਼ਰ ਹੋਵਾਂਗੇ।